ਸ੍ਰੀਕਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਹੜੇ ਨਵੇਂ ਰੈਡੀ ਹੋ ਕੇ ਆਏ ਨੇ ਨਵੇਂ ਡਿਜ਼ਾਈਨ ਜਿਹੜੇ ਆਪਾਂ ਰੈਡੀ ਕਰਵਾਏ ਨੇ ਸੂਟ ਮਸ਼ੀਨ ਵਰਕ ਦੇ ਵੀ ਹੋਣਗੇ ਹੈਂਡ ਵਰਕ ਦੇ ਵੀ ਹੋਣਗੇ ਕਾਟਨ ਦੇ ਕਰੇਪ ਦੇ ਪਿਓਰ ਦੇ ਸਾਰੇ ਪਾਰਟੀ ویئر ਸੂਟ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ ਬਾਕੀ ਆਪਾਂ ਤੁਹਾਨੂੰ ਦੱਸ ਦੇ ਰਹੇ ਹਾਂ ਜੀ ਜਿਹੜੇ ਸਾਰੇ ਤੋਂ ਵੱਧ ਵੇਟ ਕਰ ਰਹੇ ਸੀ ਆਪਣੇ ਲਹਿੰਗਾ ਹਾਊਸ ਦੀ ਸਾਰੇ ਬਹੁਤ ਕਮੈਂਟ ਕਰਦੇ ਸੀ ਤੁਸੀਂ ਓਪਨਿੰਗ ਕਦੋਂ ਕਰਨੀ ਆ ਸੋ 20 ਅਗਸਤ ਨੂੰ ਆਪਣੇ ਲਹਿੰਗਾ ਹਾਊਸ ਦੀ ਓਪਨਿੰਗ ਆ ਸੋ ਤੁਸੀਂ ਲਹਿੰ ਸਾਰਾ ਕੁਝ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਤੇ ਬਾਈ ਵੀ ਕਰ ਸਕਦੇ ਹੋ ਸੋ 20 ਅਗਸਤ ਨੂੰ ਜਰੂਰ ਆਇਓ ਇੱਥੇ ਆਪਣੇ ਫਾਨੋ ਸਟਾਈਲ ਜਿਹੜਾ نیچے ਬਣਿਆ ਹੈ ਸਟੋਰ ਜਿੱਥੇ ਆਪਾਂ ਹੁਣ ਇਸ ਟਾਈਮ ਖੜਕੇ ਸੂਟਾਂ ਵਾਲੀ ਵੀਡੀਓ ਬਣਾ ਰਿਆ ਇਹ نیچے ਬਣਿਆ ਹੋਇਆ ਇਸ ਤੋਂ ਉੱਪਰ ਵਾਲਾ ਜਿਹੜਾ ਫਲੋਰ ਆ ਉੱਥੇ ਆਪਣਾ ਲਹਿੰਗਾ ਹਾਊਸ ਬਣਿਆ ਹੋਇਆ ਸੋ ਤੁਸੀਂ ਲਹਿੰਗਾ ਹਾਊਸ ਦੀ ਓਪਨਿੰਗ ਤੇ ਜਰੂਰ ਆਇਓ ਸੋ ਜਿਵੇਂ ਬਹੁਤ ਸੋਹਣੇ ਤੁਸੀਂ ਆਪਣਾ ਇੰਸਟਾਗ੍ਰam ਵੀ ਵੇਖਿਓ ਜਿਵੇਂ ਨਵੇਂ ਰੰਗ ਲਹਿੰਗਾ ਇੱਕ ਰੈਡੀ ਹੋ ਕੇ ਆਇਆ ਆਪਾਂ ਵੀਡੀਓ ਵੀ ਪਾਈ ਆ ਆਪਾਂ ਨਾਲ ਵੀ ਚਲਾ ਦਾਂਗੇ ਬਿਲਕੁਲ ਫਰੈਸ਼ ਲਹਿੰਗਾ ਉਹਦੀ ਹਜੇ ਸਟੀਚਿੰਗ ਹੋਣੀ ਆ ਕਟਿੰਗ ਵੀ ਹੋਣੀ ਆ ਸਿਰਫ ਵਰਕ ਹੋਇਆ ਉਹਦੇ ਤੇ ਹਜੇ ਜਿਵੇਂ ਕਈਆਂ ਨੂੰ ਐ ਹੁੰਦਾ ਕਿ ਆਪਾਂ ਫਰੈਸ਼ ਲਹਿੰਗਾ ਲੈਣਾ ਬਿਲਕੁਲ ਜੇ ਰੈਂਟ ਤੇ ਵੀ ਲੈਣਾ ਵਾ ਜਾਂ ਆਪਣਾ ਵੀ ਲੈਣਾ ਸੋ ਤੁਸੀਂ ਬੁੱਕ ਕਰ ਸਕਦੇ ਹੋ ਹੁਣੀ ਉਹਨੂੰ ਉਹਦਾ ਜੇ ਤੁਸੀਂ ਕਲਰ ਚੇਂਜ ਕਰਵਾਉਣਾ ਕਲਰ ਵੀ ਚੇਂਜ ਕਰਵਾ ਸਕਦੇ ਹੋ ਜੇ ਸੇਮ ਉਦਾਂ ਹੀ ਲੈਣਾ ਤਾਂ ਆਪਾਂ ਤੁਹਾਨੂੰ ਉਦਾਂ ਹੀ ਸਟਿਚ ਕਰਕੇ ਪ੍ਰੋਪਰ ਦੇ ਦਾਂਗੇ ਤੁਸੀਂ ਲੈਂਟ ਤੇ ਵੀ ਲੈ ਸਕਦੇ ਹੋ ਤੇ ਬਾਈ ਵੀ ਕਰ ਸਕਦੇ ਹੋ ਸੋ ਜਿਨ੍ਹਾਂ ਦੀ weddings ਜਿਵੇਂ ਨਵੰਬਰ ਦਸੰਬਰ ਤੱਕ ਵੀ ਹੈਗੀ ਆ ਤੁਸੀਂ ਵੇਟ ਨਾ ਕਰੋ ਕਿਉਂਕਿ ਲਹਿੰਗਾ ਬਿਲਕੁਲ ਫਰੈਸ਼ ਆ ਉਹਦੀ ਹਜੇ ਸਟਿਚਿੰਗ ਵੀ ਨਹੀਂ ਹੋਈ ਉਹਦੀ ਕਟਿੰਗ ਵੀ ਨਹੀਂ ਹੋਈ ਸਿਰਫ ਵਰਕ ਹੋਇਆ ਹੋਇਆ ਉਹਦੇ ਤੇ ਤੇ ਤੁਸੀਂ ਲਹਿੰਗਾ ਬੁੱਕ ਕਰ ਲਓ ਆਪਣਾ ਤੁਹਾਨੂੰ ਪ੍ਰੋਪਰ ਸਟਿਚ ਕਰਕੇ ਆਪਾਂ ਉਹਦੇ ਦੇ ਦਾਂਗੇ ਇੱਕ ਵਾਰ ਬੁਕਿੰਗ ਕਰ ਲਓ ਆਪਣੇ ਲਹਿੰਗੇ ਦੀ ਬਾਕੀ ਤੁਹਾਨੂੰ ਪਤਾ ਹੀ ਆ ਜਿਵੇਂ ਸੂਟਾਂ ਦੇ ਉੱਤੇ ਆਪਾਂ ਕੈਸ਼ ਔਨ ਡਿਲੀਵਰੀ ਆਪਣੀ ਪੂਰੇ ਇੰਡੀਆ 'ਚ ਅਵੇਲੇਬਲ ਆ ਸ਼ਿਪਿੰਗ ਵੀ ਫ੍ਰੀ ਆ ਬਾਕੀ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਆਪਾਂ ਸ਼ਿਪਿੰਗ ਬਿਲਕੁਲ ਫ੍ਰੀ ਕਰਾਂਗੇ ਸੋ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਪਹਿਲਾ ਸੂਟ ਜਿਹੜਾ ਨਵਾਂ ਰੈਡੀ ਹੋਇਆ ਇਹ ਬਣਿਆ ਹੋਇਆ ਕਰੇਵ ਦੇ ਉੱਤੇ ਰਾਇਲ ਬਲੂ ਕਲਰ ਦਾ ਸੂਟ ਆ ਪੂਰਾ ਆਲ ਓਵਰ ਸੂਟ ਆ ਤੇ ਇਹਦੇ ਤੇ ਮਸ਼ੀਨ ਵਰਕ ਹੋਇਆ ਹੋਇਆ ਵੇਖੋ ਸੋ ਇਹ ਚੀਜ਼ਾਂ ਬਹੁਤ ਸੋਬਰ ਜੀਆਂ ਲੱਗਦੀਆਂ ਹੁੰਦੀਆਂ ਨੇ ਪਾਈਆਂ ਹੋਈਆਂ ਤੇ ਇਹ ਬਾਹਾਂ ਦੇ ਉੱਤੇ ਵਰਕ ਆਊਗਾ ਤੇ ਇਦਾਂ ਹੀ ਇਹਦੇ ਪੌਚਿਆਂ ਦਿੱਤੇ ਵੀ ਵਰਕ ਆ ਸੋ ਤੁਸੀਂ ਇਹਨੂੰ ਪਲਾਜ਼ੋ ਸਲਵਾਰ ਸੂਟ ਕੁਝ ਵੀ ਸਟਿਚ ਕਰਾ ਸਕਦੇ ਹੋ ਜਿਹੜੇ ਇਹ ਸੂਟ ਹੁੰਦੇ ਆ ਮਸ਼ੀਨ ਵਰਕ ਕਰੇਵ ਦੇ ਜਿਵੇਂ ਹੁਣ ਮੌਸਮ ਥੋੜਾ ਸੀਜ਼ਨ ਚੇਂਜ ਹੋ ਗਿਆ ਇਹਨਾਂ ਦਾ ਤੇ ਵੀ ਗਰਮੀ ਨਾਲੋਂ ਥੋੜਾ ਕਾਟਨ ਨਾਲੋਂ ਹਟਕੇ ਹੁੰਦੇ ਆ ਨਾ ਤਾਂ ਇਹ ਬਾਲੇ ਭਾਰੇ ਹੁੰਦੇ ਆ ਸੋ ਵੈਡਿੰਗ ਦੇ ਵਿੱਚ ਵੀ ਜਿਵੇਂ ਆਸ-ਆਸਪਾਸ ਅੱਗੇ ਪਿਛੇੜੇ ਫੰਕਸ਼ਨ ਹੁੰਦੇ ਤੁਸੀਂ ਉਦੋਂ ਪਾ ਸਕਦੇ ਹੋ ਆਮ ਰੈਗੂਲਰ ਕਿਸੇ ਰਿਸ਼ਤੇਦਾਰੀ ਜਾਣਾ ਹੋਵੇ ਬਾਜ਼ਾਰ 'ਚ ਵੀ ਜਾਣਾ ਹੋਵੇ ਉੱਥੇ ਵੀ ਪੈ ਸਕਦੀ ਆ ਇਹ ਚੀਜ਼ ਬਹੁਤ ਮਤਲਬ ਯੂਨੀਕ ਜਿਹਾ ਸੂਟ ਆ ਤੇ ਬਹੁਤ ਹੀ ਸੋਬਰ ਜਿਹਾ ਘੱਟ ਕੜਾਈ ਵਾਲਾ ਤੇ ਇਹਦੇ ਨਾਲ ਚਨੋਂਨ ਦਾ ਦੁਪੱਟਾ ਲਾਇਆ ਆਪਾਂ ਪਿਓਰ ਚਨੋਂਨ ਦਾ ਵੇਖੋ ਦੁਪੱਟਾ ਪੂਰਾ 2.5 ਮੀਟਰ ਦਾ ਹੋਊਗਾ ਤੇ 5 ਮੀਟਰ ਦਾ ਸੂਟ ਹੋਊਗਾ ਤੇ ਇਹਨੂੰ ਆਪਾਂ ਪ੍ਰੋਪਰ ਲੈਸ ਲਾ ਕੇ ਰੈਡੀ ਕੀਤਾ ਸੋ ਇਹ ਸੂਟ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਸੋ ਆਪਾਂ ਸੇਮ ਕਲਰ ਦੇ ਵਿੱਚ ਕਾਫੀ ਸਾਰੇ ਰੈਡੀ ਕਰਵਾ ਲਏ ਵੇਖੋ ਆ ਵੇਖੋ ਬਹੁਤ ਸੋਹਣੇ ਸੋਹਣੇ ਸੂਟ ਨੇ ਤੇ ਬਾਕੀ ਹੁਣ ਆਪਾਂ ਤੁਹਾਨੂੰ ਲਹਿੰਗਾ ਦਿਖਾਉਣੇ ਆ ਜਿਹੜਾ ਸੀ ਇੱਕ ਕਸਟਮਰ ਦਾ ਰੈਡੀ ਕੀਤਾ ਇਹਨਾਂ ਨੇ ਜਾਗੋ ਤੇ ਪੋਣਾ ਇਹ ਵਾਲਾ ਲਹਿੰਗਾ ਤੁਸੀਂ ਸੇਮ ਜੇ ਤੁਸੀਂ ਵੀ ਇਦਾਂ ਦਾ ਰੈਡੀ ਕਰਵਾਉ ਆ ਵੇਖੋ ਬਹੁਤ ਸੋਹਣਾ ਇਹਨੂੰ ਲਟਕਣ ਲਾ ਕੇ ਸਟਿਚ ਵੀ ਆਪਾਂ ਹੀ ਕੀਤਾ ਇਹ ਤੇ ਕਰੇਵ ਦੇ ਉੱਤੇ ਬਣਿਆ ਆ ਵੇਖੋ ਬਾਹਾਂ ਬਣੀਆਂ ਹੋਈਆਂ ਤੇ ਗਲੇ ਤੇ ਵੀ ਵਰਕ ਆ ਤੇ ਦੁਪੱਟਾ ਪਿਓਰ ਚਰੋਂ ਦਾ ਤੇ ਘੇਰੇ ਤੇ ਵੀ ਵਰਕ ਹੋਇਆ ਹੋਇਆ ਤੁਸੀਂ ਜੇ ਸੇਮ ਇਦਾਂ ਦਾ ਕਲਰ ਚ ਰੈਡੀ ਕਰਾਉਣਾ ਤਾਂ ਆਪਾਂ ਤੁਹਾਨੂੰ ਇਦਾਂ ਦੇ ਜਿਵੇਂ ਕਰ ਦਾਂਗੇ ਜੇ ਤੁਸੀਂ ਕਲਰ ਚੇਂਜ ਕਰਾਉਣਾ ਆਪਾਂ ਕਲਰ ਵੀ ਚੇਂਜ ਕਰ ਦਾਂਗੇ ਵਰਕ ਥੋੜਾ ਵੱਧ ਕਰਵਾਉਣਾ ਜਾਂ ਘੱਟ ਕਰਵਾਉਣਾ ਉਹ ਵੀ ਦੱਸ ਦਿਓ ਉਹ ਵੀ ਉਦਾਂ ਹੀ ਹੋ ਜਾਊਗਾ ਤੁਹਾਡੀ ਡਿਮਾਂਡ ਅਕੋਰਡਿੰਗ ਲਓ ਜੀ ਨੈਕਸਟ ਸੂਟ ਆ ਗਿਆ ਜਿਹੜਾ ਬਣਿਆ ਹੋਇਆ ਪਿਓਰ ਆਰਗੈਂਜ਼ਾ ਦੇ ਉੱਤੇ ਸੋ ਆਰਗੈਂਜ਼ਾ ਕਈ ਤਰ੍ਹਾਂ ਦੀ ਹੁੰਦੀ ਆ ਬਟ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਇਹ ਸੂਟ ਆ ਨਾ ਬਿਲਕੁਲ ਜਿਹੜੀ 100% ਪਿਓਰ ਆਰਗੈਂਜ਼ਾ ਹੁੰਦੀ ਆ ਉਹਦੇ ਉੱਤੇ ਬਣਿਆ ਹੋਇਆ ਇਹ ਸੂਟ ਆ ਇਹ ਲਾਈਟ ਪਿੰਕ ਕਲਰ ਦਾ ਸ਼ੇਡ ਆ ਇਹ ਵੇਖੋ ਪਹਿਲਾਂ ਇਹਦਾ ਘੇਰਾ ਬਣਿਆ ਹੋਇਆ ਸੂਟ ਦਾ ਪੂਰੇ ਸੂਟ ਦੇ ਉੱਤੇ ਬਹੁਤ ਸੋਹਣਾ ਦੇਖੋ ਲਖਨਊ ਵਰਕ ਕੀਤਾ ਹੋਇਆ ਕਟ ਦਾਣਾ ਵੀ ਆ ਸਿਪੀਵੀਆ ਦਬਕੇ ਦਾ ਵਰਕ ਵੀ ਆ ਤੇ ਪੂਰਾ ਫਰੰਟ ਹੈਵੀ ਬਣਿਆ ਹੋਇਆ ਸੂਟ ਦਾ ਤੇ ਫਿਰ ਗਲਾ ਆ ਗਿਆ ਆ ਵੇਖੋ ਤੇ ਆਏ ਦੀਆਂ ਬਾਹਾਂ ਬਣੀਆਂ ਹੋਈਆਂ ਸੋ ਆ ਚੀਜ਼ ਤੁਹਾਡੀ ਮੋਡੇ ਦੇ ਉੱਤੇ ਆਊਗੀ ਆ ਬਾਹਾਂ ਦੀ ਮੋਰੀ ਆਜੂਗੀ ਥੱਲੇ ਨੂੰ ਮਤਲਬ ਪੂਰੀ ਬਾਹ ਹੈਵੀ ਬਣੀ ਹੋਈ ਆ ਤੇ ਇਹਦੀ ਜਿਹੜੀ ਬਾਟਮ ਆ ਉਹ ਬਣੀ ਹੋਈ ਆ ਪਿਓਰ ਕਰੇਪ ਦੇ ਤੇੜੀ 100% ਪਿਓਰ ਕਰੇਪ ਹੁੰਦੀ ਆ ਉਹਦੇ ਤੇ ਇਹਦੀ ਬਾਟਮ ਬਣੀ ਹੋਈ ਆ ਸੋ ਤੁਸੀਂ ਇਹਨੂੰ ਪਲਾਜ਼ੋ ਸ਼ਰਾਰਾ ਸਲਵਾਰ ਸੂਟ ਕੁਝ ਵੀ ਸਟਿਚ ਕਰਾ ਸਕਦੇ ਹੋ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਆ ਗਿਆ ਸੋ ਇਦਾਂ ਤੁਹਾਨੂੰ ਕੋਈ ਵੀ ਵਿਆਹ ਆ ਰਿਹਾ ਇਦਾਂ ਦੇ ਸੂਟ ਪਾਏ ਹੋਏ ਬਹੁਤ ਯੂਨਿਕ ਜਿਹਾ ਲੱਗਦਾ ਤੁਸੀਂ ਜਾਗੋ ਦੇ ਪਾਉਂਗੇ ਵਿਆਹਲੇ ਦਿਨ ਪਾਉਂਗੇ ਪਾਇਆ ਬਹੁਤ ਸੋਣਾ ਲੱਗੂਗਾ ਤੇ ਦੁਪੱਟਾ ਵੀ ਇਹਦਾ ਜਿਹੜਾ 100% ਪਿਓਰ ਆਰਗੈਂਜ਼ਾ ਹੁੰਦੀ ਆ ਉਹਦੇ ਤੇ ਬਣਿਆ ਹੋਇਆ ਆ ਵੇਖੋ ਸਾਰੇ ਦੁਪੱਟੇ ਦੇ ਆਲੇ ਦੁਆਲੇ ਕੱਟਵਰਕ ਕਰਕੇ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਪੂਰਾ ਵੱਡਾ 2.5 ਮੀਟਰ ਦਾ ਦੁਪੱਟਾ ਨਾਲੇ ਬਾਕੀ ਜਿਵੇਂ ਆ ਤੁਹਾਨੂੰ ਦੱਸਿਆ ਕੈਸ਼ ਔਨ ਡਿਲੀਵਰੀ ਆਪਣੀ ਪੂਰੇ ਇੰਡੀਆ 'ਚ ਅਵੇਲੇਬਲ ਆ ਸ਼ਿਪਿੰਗ ਵੀ ਫ੍ਰੀ ਆ ਸਾਡਾ ਨੰਬਰ ਨੀਚੇ ਆਈ ਹੈ ਤਾਂ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਆਪਾਂ ਤੁਹਾਨੂੰ ਨਾਲ ਦੀ ਨਾਲ ਪ੍ਰਾਈਸ ਵੀ ਦੱਸ ਦਾਂਗੇ ਤੇ ਸੂਟ ਕੋਰੀਅਰ ਕਰ ਦਾਂਗੇ ਲੋ ਜੀ ਨੈਕਸ ਸੂਟ ਆ ਗਿਆ ਇਹ ਬਣਿਆ ਹੋਇਆ ਕਰੇਪ ਦੇ ਉੱਤੇ ਆਫ ਵਾਈਟ ਸੂਟ ਆ ਇਹ ਸੋ ਬਹੁਤ ਹੀ ਸੋਹਣਾ ਡਿਫਰੈਂਟ ਜਿਹਾ ਸਟਾਈਲ ਦਾ ਬਣਿਆ ਹੋਇਆ ਦੇਖੋ ਇਹਦੀ ਲੁੱਕ ਬਹੁਤ ਸੋਹਣੀ ਆਉਗੀ ਬਣੇ ਹੋਏ ਸੂਟ ਦੀ ਆ ਵੇਖੋ ਤੇ ਇਹਦਾ ਗਲਾ ਵੀ ਬਣਿਆ ਹੋਇਆ ਸਾਰੇ ਸੂਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਤੇ ਘੇਰਾ ਵੀ ਬਣਿਆ ਹੋਇਆ ਜਿਨ੍ਹਾਂ ਦੀ ਲੈਂਥ 40 ਤੋਂ ਲੈ ਕੇ 44 ਤੱਕ ਆਉਂਦੀ ਹੈ ਨਾ ਉਹਨਾਂ ਦੇ ਵਧੀਆ ਲੈਂਥ ਸੈੱਟ ਆ ਜੂਗੀ ਇਹਦੀ ਤੇ ਆ ਵੇਖੋ ਇਹਦੀਆਂ ਬਾਹਾਂ ਦੇ ਉੱਤੇ ਵੀ ਵਰਕ ਆ ਪੂਰਾ ਆਲ ਓਵਰ 5 ਮੀਟਰ ਸੂਟ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੇ ਦੁਪੱਟੇ ਦੇ ਚਾਰੇ ਪਾਸੇ ਵ ਆ ਵੇਖੋ ਸੋ ਇਦਾਂ ਦੇ ਸੋਬਰ ਜੇ ਕਲਰ ਵੀ ਪਾਰਟੀ ਦੇ ਵਿਆਹ ਤੇ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ। ਲਓ ਜੀ ਨੈਕ ਸੂਟ ਆ ਗਿਆ ਇਹ ਮਸਟਰਡ ਕਲਰ ਦਾ ਸੂਟ ਆ ਜਿੱਦਾਂ ਹਲਦੀ ਤੇ ਵਟਨੇ ਤੇ ਮਾਈਆਂ ਤੇ ਇਹ ਸੂਟ ਪਾਇਆ ਹੋਇਆ ਬਹੁਤ ਹੀ ਸੋਹਣਾ ਲੱਗੂਆ ਜਾਗੋ ਤੇ ਵੀ येलो ਕਲਰ ਦਾ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਹੁੰਦਾ। ਪਹਿਲਾਂ ਆਪਾਂ ਤੁਹਾਨੂੰ ਲੁੱਕ ਦਿਖਾ ਦਿੰਦੇ ਆ ਸੂਟ ਦੀ ਬਣੇ ਹੋਏ ਦੀ ਆ ਵੇਖੋ। ਇਦਾਂ ਦੀ ਲੁੱਕ ਆਊਗੀ ਸੂਟ ਦੀ ਤੇ ਇਹਦਾ ਗਲਾ ਬਣਿਆ ਹੋਇਆ ਗਲੇ ਤੇ ਸਾਰੇ ਤੇ ਦੇਖੋ ਬਹੁਤ ਜੁਨੀਕ ਜਾਂ ਡਿਫਰੈਂਟ ਜਾਂ ਵਰਕ ਕੀਤਾ ਹੋਇਆ ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ نیچے ਪੂਰੇ ਫਰੰਟ ਦੇ ਉੱਤੇ ਲਾਈਨਸ ਬਣੀਆਂ ਹੋਈਆਂ ਨੇ ਕੱਟ ਦਾਣੇ ਦੀਆਂ ਸੋ ਤੁਸੀਂ ਜਿੱਥੇ ਮਰਜੀ ਦਾ ਘੇਰਾ ਰੱਖ ਕੇ ਇਹਨੂੰ ਸਟਿਚ ਕਰ ਸਕਦੇ ਹੋ ਤੇ ਆਹ ਵੇਖੋ ਫਿਰ ਆ ਗਿਆ ਬਾਹਾਂ ਦੇ ਉੱਤੇ ਵਰਕ ਆਹ ਬਾਹਾਂ ਦੇ ਉੱਤੇ ਵਰਕ ਆਊਗਾ ਤੇ ਇਦਾਂ ਹੀ ਇਹਦੇ ਪੌਂਚਿਆਂ ਦੇ ਉੱਤੇ ਵਰਕ ਵੀ ਕੀਤਾ ਹੋਇਆ ਆਹ ਵਾਲਾ ਵਰਕ ਪੌਂਚਿਆਂ ਦੇ ਦਿੱਤੇ ਆਊਗਾ ਤੇ ਨਾਲ ਇਹਦੇ ਚਨੂਨ ਦਾ ਦੁਪੱਟਾ ਆਹ ਵੇਖੋ ਜੀ ਨੈਕਸਟ ਸੂਟ ਆ ਗਿਆ ਪਿਓਰ ਰਾਮਟੈਕਸ ਬੇਸ ਕਾਟਨ ਦੇ ਉੱਤੇ ਆ ਇਹ ਸੂਟ ਆਪਾਂ ਪਹਿਲਾਂ ਵੀ ਰੈਡੀ ਕਰਾਈ ਸੀ ਸਾਨੂੰ ਬਹੁਤ ਜ਼ਿਆਦਾ ਡਿਮਾਂਡ ਆਈ ਸੀ ਇਹਨਾਂ ਸੂਟਾਂ ਦੀ ਸੋ ਆਪਾਂ ਦੁਬਾਰਾ ਇਹ ਰੈਡੀ ਕਰਵਾਏ ਨੇ ਆ ਵੇਖੋ ਇਹਦੇ ਚਾਕਾਂ ਦੇ ਉੱਤੇ ਵਰਕ ਹੋਇਆ ਹੋਇਆ ਇਹ ਵਾਲਾ ਤੇ ਜਿੱਦਾਂ ਇਹ ਫਰੰਟ ਸਾਈਡ ਬਣੀ ਆ ਇਦਾਂ ਹੀ ਬੈਕ ਸਾਈਡ ਤੇ ਆ ਆ ਵੇਖੋ ਬਾਕੀ ਨਾਲ ਆਪਾਂ ਪ੍ਰੋਪਰ ਸਟਿਚ ਹੋਏ ਦੇ ਨਾਲ ਫੋਟੋ ਲਾਵਾਂਗੇ ਤੁਸੀਂ ਸਟਿਚ ਹੋਇਆ ਦੇਖਿਓ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਇਹ ਤੇ ਆਹ ਵਾਲਾ ਵਰਕ ਆਊਗਾ ਇਹਦੀਆਂ ਬਾਹਾਂ ਦੇ ਉੱਤੇ ਤੇ ਨਾਲ ਫੁੱਲ ਪਿਓਰ ਦਾ ਦੁਪੱਟਾ ਇਹਦੇ ਅਰੇਖੋ ਪੂਰਾ ਟਾਈ ਮੀਟਰ ਦਾ ਦੁਪੱਟਾ ਪ੍ਰੋਪਰ ਆਪਾਂ ਲੈਸਾਂ ਲਾ ਕੇ ਇਹਨੂੰ ਰੈਡੀ ਕੀਤਾ ਅਰੇਖੋ ਜਦੋਂ ਇਹ ਸੂਟ ਸਟਿਚ ਹੋਇਆ ਨਾ ਬੜੀ ਯੂਨੀਕ ਜੀ ਲੁੱਕ ਆਉਂਦੀ ਹੈ ਬਣੇ ਹੋਏ ਦੀ ਜੀ ਨੈਕਸਟ ਸੂਟ ਬਣਿਆ ਹੋਇਆ ਇੱਕ ਰੇਪ ਦੇ ਉੱਤੇ ਪੂਰਾ ਆਲ ਓਵਰ ਸੂਟ ਆ 5 ਮੀਟਰ ਆ ਵੇਖੋ ਪਹਿਲਾਂ ਇਹਦਾ ਗਲਾ ਬਣਿਆ ਹੋਇਆ ਇਹ ਸੂਟ ਆਪਾਂ ਪਹਿਲਾਂ ਵੀ ਬਹੁਤ ਸਾਰੇ ਸੂਟ ਰੈਡੀ ਕਰਵਾਏ ਸੀ ਸੋ ਸਾਰਿਆਂ ਨੇ ਬਹੁਤ ਪਸੰਦ ਕੀਤੇ ਸੀਗੇ ਆਪਾਂ ਦੁਬਾਰਾ ਫੇਰ ਰੈਡੀ ਕਰਵਾਏ ਨੇ ਇਹਨਾਂ ਦੇ ਮਤਲਬ ਹਜੇ ਸਿਰਫ ਸੂਟ ਰੈਡੀ ਹੋਏ ਨੇ ਦੁਪੱਟੇ ਆਪਣੇ ਡਾਈ ਕਰਨੇ ਦਿੱਤੇ ਉਹਨਾਂ ਤੇ ਗੋਟਾ ਲੱਗਣਾ ਬਾਕੀ ਆ ਆਪਾਂ ਜਿੰਨਾਂ ਨੂੰ ਵੀ ਦਵਾਂਗੇ ਇਦਾਂ ਪ੍ਰੋਪਰ ਜਿਵੇਂ ਆ ਸੂਟ ਬਣਿਆ ਹੋਇਆ ਇਦਾਂ ਰੈਡੀ ਕਰਕੇ ਦਵਾਂਗੇ ਨਾਲ ਦੁਪੱਟੇ ਤੇ ਇਦਾਂ ਗੋਟਾ ਲਗਾ ਕੇ ਸੋ ਵੇਖੋ ਪਹਿਲਾਂ ਇਹਦਾ ਗਲਾ ਬਣਿਆ ਹੋਇਆ ਗ ਫੇਰੇ ਦਾ ਘੇਰਾ ਬਣਿਆ ਹੋਇਆ ਸੋ ਜਿਨ੍ਹਾਂ ਦੀ ਲੈਂਥ 40 ਤੋਂ ਲੈ ਕੇ 44 ਤੱਕ ਆਉਂਦੀ ਹੈ ਨਾ ਉਹਨਾਂ ਦੇ ਵਧੀਆ ਲੈਂਥ ਸੈੱਟ ਆ ਜੂਗੀ ਇਹਦੀ ਤੇ ਆ ਵੇਖੋ ਇਹ ਬਾਹਾਂ ਦੇ ਉੱਤੇ ਵਰਕ ਆਊਗਾ ਤੇ ਨਾਲ ਕਮਲ ਚਨੋਂਨ ਦਾ ਦੁਪੱਟਾ ਲੱਗਿਆ ਹੋਇਆ ਹਾਂਜੀ ਕੋ ਸੋ ਜਲਦੀ ਜਲਦੀ ਆਰਡਰ ਕਰੋ ਕਿਉਂਕਿ ਜਦੋਂ ਪਹਿਲਾਂ ਅਸੀਂ ਸੂਟ ਬਣਵਾਏ ਸੀਗੇ ਲਗਭਗ ਸਾਨੂੰ 1 ਵੀਕ ਦਾ ਟਾਈਮ ਲੱਗ ਗਿਆ ਦੁਬਾਰੇ ਸੂਟ ਰੈਡੀ ਕਰਨ ਲਈ ਕਿਉਂਕਿ ਜਦੋਂ ਇੱਕ ਵਾਰ ਸੇਲ ਹੋ ਜਾਂਦੇ ਆ ਘੱਟ ਤੋਂ ਘੱਟ 1 ਵੀਕ ਲੱਗ ਜਾਂਦਾ ਦੁਬਾਰਾ ਸੂਟ ਰੈਡੀ ਹੋਣ ਲਈ ਸੋ ਜਿਹਦੇ ਬੁਕਿੰਗ ਪਹਿਲਾਂ ਹੋ ਗਈ ਆਪਾਂ ਉਹਨਾਂ ਨੂੰ ਸੂਟ ਦੇ ਦੇਨੇ ਆ ਫਿਰ ਇਹ ਜੀ ਨੈਕਸਟ ਸੂਟ ਆ ਗਿਆ ਇਹ ਵੀ ਬਣਿਆ ਹੋਇਆ ਪਿਓਰ ਆਰਗੈਂਜ਼ਾ ਦੇ ਉੱਤੇ ਮਲਟੀ ਕਲਰ ਦਾ ਸੂਟ ਆ ਇਹ ਬਹੁਤ ਸੋਹਣਾ ਦੇਖੋ ਕਲਰ ਪਾਏ ਹੋਏ ਨੇ ਇਹਦੇ ਵਿੱਚ yellow orange blue pink ਚਾਰ ਕਲਰ ਪਾਏ ਹੋਏ ਨੇ ਇਹਦੇ ਵਿੱਚ ਤੇ ਇਦਾਂ ਹੀ ਇਹਦੀਆਂ ਬਾਹਾਂ ਦੇ ਉੱਤੇ ਹੀ ਵਰਕ ਹੋਇਆ ਹੋਇਆ ਹੈ ਆ ਵੇਖੋ ਆਵਲਾ ਵਰਕ ਆਊਗਾ ਬਾਹਾਂ ਦੇ ਉੱਤੇ ਤੇ ਨਾਲ ਇਹਦੇ ਸਿਲਕ ਦੀ ਬਾਟਮ ਆ ਤੇ ਦੁਪੱਟਾ ਨਾਲ ਹੈਗਾ ਆਰਗੈਂਜ਼ਾ ਦਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੇ ਬਹੁਤ ਸੋਹਣੀਆਂ ਵੇਖੋ ਲੈਸਾਂ ਲਾ ਕੇ ਇਹਨੂੰ ਤਿਆਰ ਕੀਤਾ ਗਿਆ ਆ ਵੇਖੋ ਬਹੁਤ ਡਿਫਰੈਂਟ ਜੀ ਚੀਜ਼ ਤਿਆਰ ਹੋਊਗੀ ਬਣ ਕੇ ਇਹ ਲਓ ਜੀ ਨੈਕਸਟ ਸੂਟ ਆ ਗਿਆ ਇਹ ਬਣਿਆ ਹੋਇਆ ਬਹੁਤ ਸੋਹਣਾ ਗਲਾਸ ਟਿਸ਼ੂ ਦੇ ਉੱਤੇ ਇਹ ਸੂਟ ਬਣਿਆ ਸ਼ਿਮਰ ਸਲਕ ਤੋਂ ਵੀ ਮਤਲਬ ਜਾਦੇ ਵਧੀਆ 베ਸ ਹੁੰਦਾ ਹੈ ਇਹਦਾ ਗਲਾਸ ਟਿਸ਼ੂ ਆ ਵੇਖੋ ਬਹੁਤ ਜਿਆਦੇ ਸੌਫਟ ਹੁੰਦਾ ਹੈ ਇਹ ਤੇ ਇਹਦਾ ਵੇਖੋ ਪੂਰਾ ਫਰੰਟ ਬਣਿਆ ਹੋਇਆ ਸੂਟ ਦਾ ਇਹਦੇ ਤੇ ਮਿਰਰ ਵਰਕ ਕੀਤਾ ਹੋਇਆ ਕੱਟ ਦਾਣਾ ਕੀਤਾ ਹੋਇਆ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਆ ਫਿਰ ਗਲਾ ਬਣਿਆ ਹੋਇਆ ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਗਲੇ ਤੇ ਵਰਕ ਹੋਇਆ ਮੇਨ ਤੇ ਬਾਕੀ ਦੋ ਵੇਲਾ ਜਾਂਦੀਆਂ ਥੱਲੇ ਘੇਰੇ ਤੇ ਕੋਈ ਵਰਕ ਨਹੀਂ ਹੈਗਾ ਤੇ ਬਾਕੀ ਇਹ ਲਵੈਂਡਰ ਜਿਹਾ ਸ਼ੇਡ ਆ ਤੇ ਇਹਦੇ ਬਾਹਾਂ ਤੇ ਵੀ ਇਦਾਂ ਹੀ ਵਰਕ ਹੋਇਆ ਹੋਇਆ ਆ ਵੇਖੋ ਤੇ ਇਹਦੇ ਨਾਲ ਜਿਹੜੀ ਬਾਟਮ ਆ ਉਹ ਹੈਗੀ ਆ ਸਿਲਕ ਦੇ ਉੱਤੇ ਤੁਸੀਂ ਇਹਨੂੰ ਪਲਾਜ਼ੋ ਸ਼ਰਾਰਾ ਸਲਵਾਰ ਸੂਟ ਕੁਛ ਵੀ ਸਟਿਚ ਕਰਾ ਸਕਦੇ ਹੋ ਬਣਿਆ ਹੋਇਆ ਬਹੁਤ ਸੋਹਣਾ ਲੱਗੂਗਾ ਨਾਲ ਪਿਓਰ オーਰਗਾਂਜ਼ਾ ਦਾ ਦੁਪੱਟਾ ਤੇ ਦੁਪੱਟੇ ਦੇ ਉੱਤੇ ਵੀ ਵਰਕ ਹੋਇਆ ਹੋਇਆ ਆ ਵੇਖੋ ਬਹੁਤ ਹੀ ਮਤਲਬ ਕਲਾਸੀਆ ਸਟਾਈਲਿਸ਼ ਜਿਹਾ ਸੂਟ ਬਣੂਗਾ ਇਹ ਸੋ ਹੁਣ ਆਪਾਂ ਰਿਵਿਊ ਵੇਖ ਲੈਨੇ ਆ ਜਿਨ੍ਹਾਂ ਨੂੰ ਅਸੀਂ ਸੂਟ ਕੋਰੀਅਰ ਕੀਤੇ ਸੀ ਉਹਨਾਂ ਨੇ ਸਾਨੂੰ ਮੈਸੇਜ ਕੀਤੇ ਉਹਨਾਂ ਨੂੰ ਸੂਟ ਕਿੱਦਾਂ ਦੇ ਲੱਗੇ ਸੋ ਉਹਨਾਂ ਦੀਆਂ ਪ੍ਰੋਪਰ ਵੀਡੀਓਜ਼ ਤੇ ਫੋਟੋਜ਼ ਵੀ ਹੈਗੀਆਂ ਨੇ ਆਪਾਂ ਉਹ ਵੇਖ ਲੈਨੇ ਆ ਲੋਜੀ ਸਭ ਤੋਂ ਪਹਿਲਾਂ ਦੀਜੀ ਨੇ ਸੂਟ ਪਾ ਕੇ ਫੋਟੋ ਭੇਜੀਆ ਕਹਿੰਦੇ ਦੀਦੀ ਰੀਅਲੀ ਆਸਮ ਕਲੈਕਸ਼ਨ ਤੇ ਨੈਕਸਟ ਵਿੱਚ ਕਹਿੰਦੇ ਆ ਦੀ ਸੂਟ ਮਿਲ ਗਿਆ ਬਹੁਤ ਹੀ ਜਿਆਦੇ ਸੋਹਣੇ ਨੇ ਮੇਰੀ ਮੰਮਾ ਨੂੰ ਸੂਟ ਬਹੁਤ ਪਸੰਦ ਆਇਆ ਸੱਚੀ ਬਹੁਤ ਸੋਹਣਾ ਸੂਟ ਆ ਤੇ ਇਹ ਵੀ ਕਹਿੰਦੇ ਆ ਦੀਦੀ ਸੂਟ ਮਿਲ ਗਿਆ ਮੈਂ ਪਹਿਲੀ ਵਾਰ ਆਰਡਰ ਕੀਤਾ ਸੀ ਜਿੰਨਾ ਸੋਚਿਆ ਸੀ ਉਸ ਤੋਂ ਵੀ ਜਿਆਦਾ ਕਿਤੇ ਸੋਹਣਾ ਸੂਟ ਆ ਤੁਹਾਡਾ ਥੈਂਕ ਯੂ ਜੀ ਤੇ ਇਹਨਾਂ ਨੂੰ ਆਪਾਂ ਤਿੰਨ ਸੂਟ ਭੇਜੇ ਸੀ ਇਹ ਕਹਿੰਦੇ ਦੀਦੀ ਸੂਟ ਮਿਲ ਗਏ ਬਹੁਤ ਹੀ ਜਿਆਦੇ ਸੋਹਣੇ ਤੇ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਉੱਤੇ ਥੈਂਕ ਯੂ so much ਤੇ ਇਹਨਾਂ ਨੇ ਵੀ ਸੂਟ ਪਾ ਕੇ ਫੋਟੋ ਭੇਜੀਆ ਕਹਿੰਦੇ ਸਭ ਨੂੰ ਸੂਟ ਬਹੁਤ ਪਸੰਦ ਆਇਆ ਇਹ ਵੀ ਕਹਿੰਦੇ ਦੀਦੀ ਸੂਟ ਬਹੁਤ ਸੋਹਣਾ ਲੱਗਿਆ ਸਾਰੇ ਪੁੱਛਦੇ ਪਏ ਸੀ ਸੂਟ ਕਿੱਥੋਂ ਲਿਆ ਤੇ ਨੈਕਸਟ ਵਿੱਚ ਕਹਿੰਦੇ ਇਹਨਾਂ ਨੂੰ ਬਾਹਰ ਕੋਰੀਅਰ ਕੀਤਾ ਸੀ ਦੀਦੀ ਸੂਟ ਮਿਲ ਗਏ ਆ ਬਹੁਤ ਨਾਈਸ ਕਲੈਕਸ਼ਨ ਆ ਨੈਕਸਟ ਟਾਈਮ ਵੀ ਆਰਡਰ ਕਰਾਂਗੇ ਇਹ ਕਹਿੰਦੇ ਦੀਦੀ ਸੂਟ ਮਿਲ ਗਿਆ ਸੂਟਸ ਆ ਰੀਅਲੀ ਬਿਊਟੀਫੁਲ ਥੈਂਕਸ ਤੇ ਇਹਦੇ ਵਿੱਚ ਕਹਿੰਦੇ ਆ ਦੀ ਤੁਹਾਡਾ ਪਾਰਸਲ ਮਿਲ ਗਿਆ ਸਾਰੇ ਬਹੁਤ ਸੋਹਣੇ ਸੂਟ ਨੇ ਆਮ ਵੈਰੀ ਹੈਪੀ ਯੂ ਸੋ ਮਚ ਥੈਂਕ ਯੂ ਦੀਦੀ ਸੂਟ ਮਿਲ ਗਿਆ ਵੈਰੀ ਬਿਊਟੀਫੁਲ ਸੂਟ ਐਂਡ embroideries awesome ਥੈਂਕ ਯੂ ਸੋ ਮਚ ਤੇ ਇਹਨਾਂ ਨੇ ਸੂਟ ਪਾ ਕੇ ਫੋਟੋ ਭੇਜੀਆ ਕਹਿੰਦੇ ਸੂਟ ਪਾਇਆ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਸੀ ਇਹਦੇ ਵਿੱਚ ਕਹਿੰਦੇ ਆ ਦੀਦੀ ਪਾਰਸਲ ਮਿਲ ਗਿਆ ਆਈ ਮਸਟ ਐਪਰੀਸ਼ੀਏਟ ਯੂ ਫਾਰ ਸੱਚ ਕਿਕ ਸਰਵਿਸ ਐਂਡ ਕਲਰ ਵਾਸ ਅਮੇজিং ਥੈਂਕ ਯੂ ਸੋ ਮਚ ਇਹ ਕਹਿੰਦੇ ਆ ਦੀਦੀ ਸੂਟ ਸਾਰੇ ਬਿਊਟੀਫੁੱਲ ਨੇ ਆ ਰੀਅਲੀ ਲਵ 뎀 ਜਿੱਦਾਂ ਦਾ ਮੈਂ ਸੋਚਿਆ ਸੀ ਉਸ ਤੋਂ ਕਿਤੇ ਜ਼ਿਆਦਾ ਸੋਹਣੇ ਸੂਟ ਨੇ ਥੈਂਕ ਯੂ ਅਗੇਨ ਦੀਦੀ ਪਾਰਸਲ ਮਿਲ ਗਿਆ ਤੁਹਾਡੀ ਸਰਵਿਸ ਤੇ ਸੂਟ ਦਾ ਸਟਾਕ ਬਹੁਤ ਜ਼ਿਆਦਾ ਵਧੀਆ ਤੇ ਵਰਕ ਇਤਸੋ ਵੀ ਜ਼ਿਆਦਾ ਵਧੀਆ ਬਹੁਤ ਕਿਕ ਸਰਵਿਸ ਆ ਥੈਂਕ ਯੂ ਸੋ ਮੱਚ ਤੇ ਇਹ ਕਹਿੰਦੇ ਆ ਦੀਦੀ ਤੁਹਾਡੀ ਸ਼ਾਪ ਨੂੰ ਰੱਬ ਚਾਰ ਚੰਨ ਲਾਵੇ ਤੇ ਹੋਰ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਲਈ ਰੈਡੀ ਕਰਦੇ ਰਹੋ ਕਹਿੰਦੇ ਦੀਦੀ ਮੇਰੀ ਬੇਟੀ ਨੂੰ ਸੂਟ ਬਹੁਤ ਪਸੰਦ ਆ ਉਹਨਾਂ ਨੇ ਪਾ ਕੇ ਫੋਟੋ ਭੇਜੀ ਆ ਦੀਦੀ ਮੇਰੇ ਕੋਲ ਕੋਈ ਵਰਡ ਨਹੀਂ ਹੈਗੇ ਦੱਸਣ ਵਾਸਤੇ ਸੂਟ ਇੰਨਾ ਜਿਆਦਾ ਸੋਹਣਾ ਵਾ ਇਹ ਕਹਿੰਦੇ ਆ ਰੀਅਲੀ ਵੈਰੀ ਬਿਊਟੀਫੁਲ ਸੂਟ ਪਾਰਸਲ ਅੱਜ ਹੀ ਰੀਸੀਵ ਹੋਇਆ ਸਾਨੂੰ ਜੀ ਆਪਣਾ ਨੈਕਸਟ ਸੂਟ ਬਣਿਆ ਹੋਇਆ 크ਰੇਪ ਦੇ ਉੱਤੇ ਜਿਹੜੇ ਸਾਡੀਆਂ ਵੀਡੀਓ ਪਹਿਲਾਂ ਤੋਂ ਵੀ ਦੇਖਦੇ ਆਉਂਦੇ ਹੋ ਉਹਨਾਂ ਨੂੰ ਪਤਾ ਹੋਊਗਾ ਵੀ ਆਪਾਂ ਇਹ ਸੂਟ ਨਾ ਥੋੜਾ ਟਾਈਮ ਪਹਿਲਾਂ ਕਾਟਨ ਦੇ ਸਟੱਫ ਦੇ ਉੱਤੇ ਰੈਡੀ ਕੀਤਾ ਸੀਗਾ ਸੇਮ ਕੜਾਈ ਵਾਲਾ ਸੋ ਇਸ ਵਾਰੀ ਆਪਾਂ ਉਹੀ ਵਾਲਾ ਵਰਕ ਸੇਮ ਆ ਇਹਨੂੰ ਆਪਾਂ 크ਰੇਪ ਦੇ ਉੱਤੇ ਰੈਡੀ ਕੀਤਾ ਸੋ ਬਹੁਤ ਸੋਹਣਾ ਪੀਚ ਜੇ ਕਲਰ ਦਾ ਸੂਟ ਆ ਇਹਦਾ ਗਲਾ ਬਣਿਆ ਹੋਇਆ ਗਲੇ ਤੇ ਵੇਖੋ ਮਸ਼ੀਨੀ ਵਰਕ ਕਰਕੇ ਉੱਤੇ ਬਹੁਤ ਛੋਟੇ ਛੋਟੇ ਸ਼ੀਸ਼ੇ ਲਗਾਏ ਹੋਏ ਨੇ ਤੇ ਫਿਰ ਦੋ ਵੇਲਾ ਜਾਂਦੀਆਂ ਨੇ ਤੇ ਆਹ ਚੀਜ਼ ਤੁਹਾਡੇ ਘੇਰੇ ਤੇ ਆ ਜੂਗੀ ਪੂਰਾ ਆਲਓਵਰ 5 ਮੀਟਰ ਸੂਟ ਆ ਇਹ ਤੇ ਆਹ ਵਾਲਾ ਵਰਕ ਆਊਗਾ ਬਾਹਾਂ ਦੇ ਉੱਤੇ ਤੇ ਇਦਾਂ ਦਾ ਹੀ ਸੇਮ ਵਰਕ ਆਪਾਂ ਕਰਾਇਆ ਹੋਇਆ ਪੌਂਚਿਆਂ ਦੇ ਉੱਤੇ ਤੇ ਨਾਲ ਦੁਪੱਟਾ ਪਿਓਰ ਚਨਾਉਂ ਦਾ ਤੇ ਦੁਪੱਟੇ ਨੂੰ ਵੀ ਸੂਟ ਨਾਲ ਦੀ ਪ੍ਰੋਪਰ ਆਪਾਂ ਲੈਸ ਲਗਾਈ ਆ ਜਿੱਦਾਂ ਮਸ਼ੀਨ ਵਰਕ ਦਾ ਸੂਟ ਆ ਉਵੇਂ ਦੁਪੱਟੇ ਨੂੰ ਲੈਸ ਲਾਈ ਹੋਈ ਆ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਇਹ ਜੀ ਨੈਕ ਸੂਟ ਆ ਗਿਆ ਇਹ ਬਣਿਆ ਹੋਇਆ ਕਰੇਪ ਦੇ ਉੱਤੇ ਆ ਵੇਖੋ ਪੂਰਾ ਆਲ ਓਵਰ ਸੂਟ ਆ ਇਹਦਾ ਕੱਲਾ ਪੰਖੇਰੇ ਦੇ ਉੱਤੇ ਵਰਕ ਕਰਾਇਆ ਹੋਇਆ ਆ ਵੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਬਹੁਤ ਹੀ ਜਿਆਦਾ ਸਫਾਈ ਨਾਲ ਵਰਕ ਕੀਤਾ ਹੋਇਆ ਮਸ਼ੀਨ ਵਰਕ ਹੋਇਆ ਹੋਇਆ ਇਹਦੇ ਤੇ ਤੇ ਇਦਾਂ ਹੀ ਇਹਦੀਆਂ ਬਾਹਾਂ ਦੇ ਉੱਤੇ ਵਰਕ ਆ ਆ ਵੇਖੋ ਇਹ ਵਰਕ ਤੁਸੀਂ ਪੌਂਚਿਆਂ ਤੇ ਰੱਖਣਾ ਪੌਂਚਿਆਂ ਤੇ ਰੱਖ ਸਕਦੇ ਹੋ ਜੇ ਤੁਸੀਂ ਬਾਹਾਂ ਦੇ ਰੱਖਣਾ ਬਾਹਾਂ ਤੇ ਰੱਖ ਸਕਦੇ ਹੋ ਇਹ ਤੁਹਾਡੀ ਮਰਜ਼ੀ ਆ ਤੇ ਨਾਲ ਦੁਪੱਟਾ ਪਿਓਰ ਚਨੋਂਨ ਦਾ ਤੇ ਦੁਪੱਟੇ ਨੂੰ ਦੇਖੋ ਬਹੁਤ ਸੋਹਣੀ ਲੈਂਸ ਲਾ ਕੇ ਆਪਾਂ ਕਢਾਈ ਨਾਲ ਦੀ ਉਹਨੂੰ ਤਿਆਰ ਕੀਤਾ ਹੈ। ਹਰੇਕਾ। ਲਓ ਜੀ ਆਪਣਾ ਨੈਕਸਟ ਸੂਟ ਆ ਗਿਆ। ਇਹ ਬਣਿਆ ਹੋਇਆ ਪਿਓਰ ਸ਼ਿਮਰ ਸਿਲਕ ਦੇ ਉੱਤੇ। ਸੋ ਆਹ ਵੇਖੋ ਇਹਦਾ ਗਲਾ ਨਹੀਂ ਬਣਿਆ। ਪੂਰੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਤੇ ਘੇਰਾ ਬਣਿਆ ਹੋਇਆ। ਆਹ ਵੇਖਿਓ ਤੇ ਬਿਲਕੁਲ ਡਿਫਰੈਂਟ ਜਿਹਾ ਕਲਰ ਕੰਬੀਨੇਸ਼ਨ ਆ। ਇਹ ਮਾਊਸ ਸ਼ੇਡ ਜੇ ਦਾ ਸ਼ਰਟ ਆ ਤੇ ਬਾਟਮਾਂ ਦੇ ਨਾਲ ਕੰਟਰਾਸਟ ਆਪਾਂ ਦੁਪੱਟਾ ਰੈਡੀ ਕੀਤਾ। ਸੋ ਪਹਿਲਾਂ ਆਪਾਂ ਸੂਟ ਦੇਖ ਲੈਨੇ ਆ। ਤੇ ਆਵਲਾ ਵਰਕ ਆਊਗਾ ਇਹਦੀਆਂ ਬਾਹਾਂ ਦੇ ਉੱਤੇ ਆ ਵੇਖੋ ਤੇ ਨਾਲ ਫੁੱਲ ਪਿਓਰ ਦੀ ਬਾਟਮ ਆ ਇਹਦੇ ਆ ਵੇਖੋ ਤੁਸੀਂ ਇਹਨੂੰ ਪਲਾਜ਼ੋ ਸ਼ਰਾਰਾ ਸਲਵਾਰ ਸੂਟ ਕੋਸ਼ਿਸ਼ ਵੀ ਸਟਿਚ ਕਰਾ ਸਕਦੇ ਹੋ ਤੇ ਨਾਲ ਦੁਪੱਟਾ ਹੈਗਾ ਪਿਓਰ ਆਰਗੈਂਜ਼ਾ ਦਾ ਤੇ ਦੁਪੱਟੇ ਦੇ ਵੇਖੋ ਚਾਰੇ ਪਾਸੇ ਵਰਕ ਹੋਇਆ ਹੋਇਆ ਲੜਾਂ ਦੇ ਉੱਤੇ ਕੱਟ ਵਰਕ ਕਰਕੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਆ ਵੇਖੋ ਸੋ ਬਹੁਤ ਡਿਫਰੈਂਟ ਜਿਹਾ ਸਟਾਈਲ ਦਾ ਸੂਟ ਆ ਇਹ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਆਊਗੀ ਕਿਉਂਕਿ ਕਲਰ ਕੰਬੀਨੇਸ਼ਨ ਬੜਾ ਡਿਫਰੈਂਟ ਜਿਹਾ ਵਾ ਸੋ ਇਹ ਹੋ ਗਏ ਸਾਰੇ ਆਪਣੇ ਅੱਜ ਦੇ ਸੂਟ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸੂਟ ਨਾਲ ਦੀ ਨਾਲ ਕੋਰੀਅਰ ਕਰ ਦਾਂਗੇ ਬਾਕੀ ਕੈਸ਼ ਔਨ ਡਿਲੀਵਰੀ ਆਪਣੀ ਪੂਰੇ ਇੰਡੀਆ ਚ ਅਵੇਲੇਬਲ ਆ ਸ਼ਿਪਿੰਗ ਵੀ ਫ੍ਰੀ ਆ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਆਪਾਂ ਸ਼ਿਪਿੰਗ ਬਿਲਕੁਲ ਫ੍ਰੀ ਕਰਾਂਗੇ ਸੋ ਤੁਸੀਂ ਬਲਕ ਦੇ ਵਿੱਚ ਸੂਟ ਲੈਣ ਲਈ ਸਾਨੂੰ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮਿੰਗ ਦੇ ਹਿਸਾਬ ਨਾਲ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਲੈ ਸਕ ਪੋਰ ਲੁਧਿਆਣਾ ਰਾਇਕੋਡ ਰੋਡ ਤੇ ਸਾਡਾ ਸਟੋਰ ਬਣਿਆ ਹੋਇਆ ਇਹਨੂੰ 에어ਪੋਰਟ ਰੋਡ ਵੀ ਕਹਿ ਦਿੰਦੇ ਆ ਵਿੱਚ ਮਾਰਕੀਟ ਬਣੀ ਹੋਈ ਆ 에어로 허브 ਸਿੰਗਲੈਂਡ ਦੇ ਲਈ ਮਾਰਕੀਟ ਬਣੀ ਆ ਉਧਰ ਸਟੋਰ ਬਣਿਆ ਹੋਇਆ ਫਾਨੋ ਸਟਾਈਲ ਤੁਸੀਂ ਗੂਗਲ ਤੇ ਜਾ ਕੇ ਫਾਨੋ ਸਟਾਈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਸੋ ਤੁਸੀਂ ਇੱਥੇ ਆ ਕੇ ਵੀ ਸੂਟ ਲੈ ਸਕਦੇ ਹੋ ਜਿਵੇਂ ਜਿਹੜੇ ਸਾਡੀਆਂ ਵੀਡੀਓ ਸ਼ੁਰੂ ਤੋਂ ਲੈ ਕੇ ਦੇਖਦੇ ਆਉਂਦੇ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਲਗਭਗ ਲਹਿੰਗਾ ਹਾਊਸ ਆਪਣਾ ਬਣਨਾ ਸਟਾਰਟ ਹੋ ਗਿਆ ਸੀ ਅੱਜ ਤੋਂ 3 ਮਹੀਨੇ ਪਹਿਲਾਂ ਦਾ ਸਟਾਰਟ ਹੋਇਆ ਹੋਇਆ ਵਾ ਤੇ ਲਹੰਗੇ ਆਪਾਂ ਤਾਂ ਕਰਕੇ ਲਹੰਗਾ ਹਾਊਸ ਦੀ ਓਪਨਿੰਗ ਦੀ ਡੇਟ ਅਨਾਉਂਸ ਨਹੀਂ ਕੀਤੀ ਸੀ ਕਿਉਂਕਿ ਸਾਡੇ ਬਹੁਤ ਸਾਰੇ ਲਹੰਗੇ ਇਦਾਂ ਦੇ ਸੀਗੇ ਹੈਵੀ ਲਹੰਗੇ ਵੀ ਇਦਾਂ ਦੇ ਸੀ ਜਿਹਨਾਂ ਤੇ ਵਰਕ ਨਹੀਂ ਹੋਇਆ ਸੀਗਾ ਹਜੇ ਸੋ ਸਾਨੂੰ ਇਦਾਂ ਸੀ ਕਿ ਪ੍ਰੋਪਰ ਸਾਰੇ ਲਹੰਗੇ ਰੈਡੀ ਹੋਣ ਆਪਾਂ ਰੈਡੀमेड ਇੱਕ ਵੀ ਲਹੰਗਾ ਨਹੀਂ ਲੈਣਾ ਸਾਰੇ ਆਪ ਤਿਆਰ ਕਰਵਾਉਣੇ ਨੇ ਸੋ ਤੁਸੀਂ ਜਰੂਰ ਆਇਓ ਸਾਰੇ ਲਹੰਗੇ ਆਪਣੇ ਆਪ ਤਿਆਰ ਕਰਵਾਏ ਹੋਏ ਨੇ ਜਿੱਦਾਂ ਆਪਾਂ ਵੀਡੀਓਜ਼ ਵੀ ਪਾਈਆਂ ਹੋਈਆਂ ਨੇ ਜਿਵੇਂ ਲਹੰਗੇ ਦੀ ਇੱਕ ਇੱਕ ਕਲੀ ਬਣ ਕੇ ਆਉਂਦੀ ਆ ਵਰਕ ਹੁੰਦੇ ਦੀਆਂ ਪ੍ਰੋਪਰ ਵੀਡੀਓਜ਼ ਅਸੀਂ ਇੰਸਟਾਗ੍ਰam ਫਾਨੋ ਸਟਾਈਲ ਤੇ ਪਾਈਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਚੈ ਵੈਡਿੰਗ ਬਣਵਾ ਸਕਦੇ ਹੋ ਕੋਈ ਵੀ ਫੋਟੋ ਦਿਖਾ ਕੇ ਕਹੋਗੇ ਸਾਨੂੰ ਇਦਾਂ ਦਾ ਲਹਿੰਗਾ ਰੈਡੀ ਕਰ ਦੋ ਆਪਾਂ ਤੁਹਾਨੂੰ ਪ੍ਰੋਪਰ ਉਦਾਂ ਦਾ ਰਹੰਗਾ ਰੈਡੀ ਕਰਕੇ ਦਵਾਂਗੇ ਹਨਾ ਚਾਹੇ ਸੂਟ ਲਹਿੰਗੇ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਬਾਈ ਵੀ ਕਰ ਸਕਦੇ ਹੋ ਜਿੱਦਾਂ ਗਾਊਨ ਹੋਗੇ ਪਾਰਟੀ ਵੇਅਰ ਵੈਡਿੰਗ ਡ्रेसेस ਵੀ ਹੋ ਗਈਆਂ ਉਹ ਵੀ ਤੁਸੀਂ ਰੈਂਟ ਤੇ ਲੈ ਸਕਦੇ ਹੋ ਬਾਈ ਵੀ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਆ ਲਹਿੰਗਾ ਬਾਕੀ ਆਪਾਂ ਤੁਹਾਨੂੰ ਪ੍ਰੋਪਰ ਸਟਿਚ ਕਰਕੇ ਦਵਾਂਗੇ ਤੁਹਾਡੀ ਫਿਟਿੰਗ ਕਰਕੇ ਦਵਾਂਗੇ ਨਾਲ ਬਾਕੀ ਆਪਾਂ ਜਿਹੜੀਆਂ ਬ੍ਰਾਈਡਲਸ ਨੇ ਜਿਹੜੇ ਆਪਣਾ ਲਹਿੰਗਾ ਬਾਈ ਕਰਦੇ ਨੇ ਬ੍ਰਾਈਡਲਸ ਆਪਣਾ ਲਹਿੰਗਾ ਬਾਈ ਕਰਨਗੀਆਂ ਉਹਨਾਂ ਵਾਸਤੇ ਆਪਾਂ ਬਹੁਤ ਸੋਹਣਾ ਬਾਕਸ ਬਣਾਇਆ ਆ ਆਪਾਂ ਪ੍ਰੋਪਰ ਵੀਡੀਓ ਲਾਵਾਂਗੇ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਇਹ ਬਾਕਸ ਤਾਂ ਬਣਾਇਆ ਵੀ ਕਿਉਂਕਿ ਜਿਹੜੇ ਲਹਿੰਗੇ ਬਾਈ ਕਰਦੇ ਆ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਆਪਾਂ ਲਹਿੰਗਾ ਆਪਣਾ ਲਾਈਫਟਾਈਮ ਲਈ ਸੇਵ ਕਰਕੇ ਰੱਖਣਾ ਸੋ ਤੁਸੀਂ ਉਹਦੇ ਚ ਪ੍ਰੋਪਰ ਲਹਿੰਗੇ ਨੂੰ ਉਦਾਂ ਹੀ ਤੈਹ ਲਾ ਕੇ ਤੁਹਾਨੂੰ ਯਾਦ ਵੀ ਰਹੂਗਾ ਵੀ ਹਾਂ ਅਸੀਂ ਆਪਣੇ ਵਿਆਹ ਤੇ ਬ੍ਰਾਂਡਡ ਲਹਿੰਗਾ ਪਾਇਆ ਸੀ ਤੁਸੀਂ ਗਾਂ ਸਾਰਿਆਂ ਨੂੰ ਦਿਖਾ ਵੀ ਸਕਦੇ ਆ ਵੇਖੋ ਮੇਰਾ ਲਹਿੰਗਾ ਸੀ ਇਦਾਂ ਬਾਕਸ ਦੇ ਵਿੱਚ ਆਇਆ ਸੀਗਾ ਸੋ ਤੁਹਾਡੀ ਯਾਦਗਾਰ ਲਈ ਜੇ ਤੁਸੀਂ ਆਪਣਾ ਲਹਿੰਗਾ ਬਾਇ ਕਰਦੇ ਹੋ ਤੁਹਾਨੂੰ ਆਪਾਂ ਪ੍ਰੋਪਰ ਬਾਕਸ ਦੇ ਵਿੱਚ ਪੈਕ ਕਰਕੇ ਦੇਵਾਂਗੇ ਉਹਨਾਂ ਨੂੰ ਸੋ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸੋ ਲਹਿੰਗਾ ਹਾਊਸ ਦੀ ਓਪਨਿੰਗ ਤੇ 20 ਅਗਸਤ ਨੂੰ ਸਾਰੇ ਜਣੇ ਜਰੂਰ ਆਇਓ ਤੇ ਬੁਕਿੰਗਸ ਕਰਿਓ ਚਾਹੇ ਤੁਹਾਡਾ ਵਿਆਹ ਜਾ ਕੇ ਫਰਵਰੀ ਮਾਰਚ ਵਿੱਚ ਵੀ ਹੈਗਾ ਬੁਕਿੰਗ ਕਰ ਲਓ ਇੱਕ ਵਾਰੀ ਕਿਉਂਕਿ ਤੁਹਾਨੂੰ ਵੀ ਪਤਾ ਕਿ ਲੈਂਗੁਏਜ ਜਿਹੜੇ ਹੁਣ ਆਪਾਂ ਨਵੇਂ ਰੈਡੀ ਕੀਤੇ ਨੇ ਬਿਲਕੁਲ ਫਰੈਸ਼ ਨੇ ਉਹਨਾਂ ਦੀ ਸਟਿਚਿੰਗ ਵੀ ਕਰਨੀ ਆ ਉਹ ਤੁਹਾਡੇ ਨਾਪ ਦੇ ਅਕੋਰਡਿੰਗ ਆਪਾਂ ਕਰ ਦਾਂਗੇ ਜਿੱਦਾਂ ਤੁਹਾਨੂੰ ਚਾਹੀਦੀ ਹੋਊਗੀ ਇੱਕ ਵਾਰ ਬੁਕਿੰਗਸ ਕਰ ਲਿਓ ਤੇ ਨਾਪ ਭਾਵੇਂ ਤੁਸੀਂ ਆਪਣਾ 4-5 ਮਹੀਨੇ ਜਦੋਂ ਵੀ ਤੁਹਾਡਾ ਵਿਆਹ ਹੋਊਗਾ ਉਦੋਂ ਦੇ ਕੇ ਉਹਦੀ ਸਟਿਚਿੰਗ ਕਰਵਾ ਲਿਓ ਤੁਹਾਡੀ ਬੁਕਿੰਗ ਪ੍ਰੋਪਰ ਹੋ ਜੂਗੀ ਤੁਹਾਡਾ ਲਹਿੰਗਾ ਸੇਵ ਹੋ ਜਾਊਗਾ ਸੋ ਹੁਣ ਵੀਡੀਓ ਕਰਦੇ ਆਂ ਐਂਡ ਫਿਰ ਮਿਲਦਾ ਨਵੀਂ ਵੀਡੀਓ ਦੇ